ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਦੇਖੋ ਕੁਦਰਤ ਦੇ ਰੰਗ, ਮੈਂ ਕਦੀ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਜਿਹੜੀ ਰਾਵੀ ਸਾਡੇ ਲਖਨਪੁਰ ਤੋਂ ਜੰਮੂ ਕਸ਼ਮੀਰ ਜਾਂਦੇ ਲਖਨਪੁਰ ਤੋਂ ਪਾਰ ਹੋ ਕੇ ਖਤਮ ਹੋ ਜਾਂਦੀ ਹੈ, ਮੈਂ ਉਸ ਦੇ ਵਿੱਚ ਕਦੀ ਪਾਕਿਸਤਾਨ ਦੇ ਵਿੱਚ ਖੜਾ ਹੋਵਾਂਗਾ। ਅੱਜ ਮੈਂ ਕਰਤਾਰਪੁਰ ਸਾਹਿਬ ਵਿੱਚ ਉਸ ਰਾਵੀ ਦੇ ਉੱਤੇ ਖੜਾ, ਪੁਲ ਦੇ ਉੱਤੇ ਜਿਹੜਾ ਪਹਿਲਾਂ ਇੱਕ ਪੁਰਾਣਾ ਪੁਲ ਸੀ, ਜਿਸ ਨੂੰ ਪਾਕਿਸਤਾਨ ਸਰਕਾਰ ਨੇ ਦੇਖੋ ਇੰਨੇ ਸ਼ੋਰਟ ਟਾਈਮ ਦੇ ਵਿੱਚ, ਇੱਕ 10 ਮਹੀਨੇ ਸਮਾਂ ਲੱਗਿਆ, ਉਹਨਾਂ ਦੇ ਸਾਲ ਵੀ ਪੂਰਾ ਨਹੀਂ ਹੋਇਆ, ਇਹ ਪੁਲ ਵੀ ਬਣਾ ਦਿੱਤਾ ਔਰ ਇਸ ਨੂੰ ਲੈ ਕੇ ਕਰਤਾਰਪੁਰ ਸਾਹਿਬ ਤੋਂ ਪੂਰਾ ਹਾਈਵੇ, ਉਸ ਸਮੇਂ ਜਿਹੜੀ ਪੇੜਾਂ ਦੀ ਲਾਈਨ ਤੁਸੀਂ ਦੇਖ ਰਹੇ ਹੋ ਉਹ ਇੰਡੀਆ ਹੈ। ਇਸ ਵੇਲੇ ਬਸ ਅਸੀਂ ਪਾਕਿਸਤਾਨ ਖੜ੍ਹੇ ਹਾਂ, ਜਿਹੜਾ 10 ਕਿਲੋਮੀਟਰ ਹੋਰ 0 ਲਾਈਨ ਹੈ, ਔਰ ਮੈਂ ਇਸ ਵੇਲੇ ਰਾਵੀ ਦੇ ਪੁਲ 'ਤੇ ਖੜ੍ਹਾ। ਪੁਲ ਦੇਖੋ ਕਿੱਡਾ ਸੋਹਣਾ ਬਣਾਇਆ ਔਰ ਕਿੰਨੇ ਸ਼ੋਰਟ ਟਾਈਮ ਦੀ ਪੁਲ ਬਣਾਤਾ, ਰੋਡ ਪੂਰੀ ਬਣਾਤੀ, ਇਹ ਪਾਕਿਸਤਾਨ ਦੀ ਪਰਫੋਰਮੈਂਸ ਹੈ। ਅਗਲੇ ਬੰਨੇ ਉਹ ਸ਼ਾਇਦ 1 ਕਿਲੋਮੀਟਰ ਜਾਂ 1.25 ਕਿਲੋਮੀਟਰ ਦਾ ਏਰੀਆ ਆਉਣਾ, ਉਹ ਸਾਡੇ ਇੰਡੀਆ ਕੋਲੋਂ ਤਿਆਰ ਅਜੇ ਤੱਕ ਨਹੀਂ ਹੋਇਆ। ਇਹ ਦੇਖੋ ਜੀ, ਇਹ ਉਹ ਸਾਹਮਣੇ ਦੂਰ ਜਿਹੜੀਆਂ ਪਹਿਲੀਆਂ ਦਿਖਾਈ ਦੇ ਰਹੀਆਂ, ਬਾਬੇ ਨਾਨਕ ਨੇ ਵਾਹੀਆਂ, ਖੂਹ ਤੋਂ ਲੈਂਦੇ ਸੀ ਪਾਣੀ ਜਾਂ ਰਾਵੀ ਦਾ ਪਾਣੀ, ਨਹਿਰੀ ਸੀ ਜੋ ਵੀ ਸੀ, ਤੁਸੀਂ ਦੇਖੋ ਉਹ ਜ਼ਮੀਨ ਤੁਸੀਂ ਸਾਹਮਣੇ ਦੇਖ ਰਹੇ ਹੋ। ਔਰ ਮੈਂ ਖੁਸ਼ਕਿਸਮਤ ਹਾਂ ਕਿ ਉਹਨਾਂ ਖੇਤਾਂ ਦੇ ਵਿੱਚ ਉੱਗੇ ਹੋਏ ਅੰਨ ਤੋਂ ਮੈਂ ਹੁਣ ਲੰਗਰ ਛੱਕ ਕੇ ਆ ਰਿਹਾ। ਮੈਂ ਸ਼ੁਕਰਗੁਜ਼ਾਰ ਹਾਂ ਬਾਬੇ ਨਾਨਕ ਦਾ ਜਿਸਨੇ ਮੈਨੂੰ ਇਹ ਮੌਕਾ ਦਿੱਤਾ, ਮੈਂ ਕਦੇ ਸੋਚਿਆ ਨਹੀਂ ਸੀ। ਧੰਨ ਕਰਤਾ, ਵਾਹਿਗੁਰੂ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਨੰਦ ਮਾਣੋ। ਰਾਣੀ ਦੇਖੋ ਨਜ਼ਾਰੇ ਰਾਵੀ ਦਾ, ਕੋਈ ਡਰ ਨਹੀਂ, ਇੱਥੇ ਆ ਗਈ ਜਗ੍ਹਾ ਹੈਗੀ, ਇਹ ਰੁਕਿਆ ਹੋਇਆ, ਇਹ ਰੋਕ ਹੈਗੀ ਆ। ਮੈਂ ਫੋਟੋ ਸ਼ੂਟਿੰਗ ਲਈ ਹੋਈ ਹੈ ਬਾਬਾ ਜੀ, ਮੈਨੂੰ ਰਿਸਪੋਂਸੀਬਿਲਟੀ ਮੇਰੀ ਹੈ ਭਾਜੀ।